प्रधान जी पहले तो अपना नाम ते जथेबंदियां दा नाम दसो। मेरा नाम जीत सिंह बठोई, जिला प्रधान कंट्रैक्ट वर्कर यूनियन, रजिस्टर नंबर 31 पटियाला। ये जिहड़ा आपां धरना लाया किस विषय ते लाया जी? ये जी काफ़ी दिन तो जिहड़ा कि साडी किसानता दी चिट्ठी आई सी उस दे संबंध विच कि जिहड़ा साडा पुराना पिछड़ा सफीर सी उहनूं खत्म करन जा रहे सी एक्चुअली मोहाली, तो उस दे संबंध विच असीं इस धरने नूं लाया जी। ਉਹਨਾਂ ਫਿਰ ਤੁਹਾਨੂੰ ਤੁਹਾਡੀਆਂ ਮੰਗਾਂ ਮੰਨ ਲਈਆਂ ਨੇ, ਕੀ ਜਵਾਬ ਦਿੱਤਾ ਜੀ? ਅੱਜ ਜਿਹੜਾ ਅੱਜ ਦਾ ਮਸਲਾ ਜਿਹੜਾ ਅੱਜ ਧਰਨੇ ਦਾ ਸਾਨੂੰ ਵਿਸ਼ਵਾਸ ਦਵਾਇਆ ਸਾਡੇ ਅਕਸਰਾਂ ਨੇ ਕਿ ਕੋਈ ਵੀ ਇਹੋ ਜਿਹੀ ਕੋਈ ਗੱਲ ਨਹੀਂ ਹਲੇ, ਜਦ ਵੀ ਕੋਈ ਇਸ ਮੁੱਦੇ ਨੂੰ ਕੋਈ ਕਦਮ ਚੁੱਕੇਗਾ ਤਾਂ ਅਗਲੇ ਸੰਘਰਸ਼ ਹੋਰ ਤੇਜ਼ ਲਿਖੇ ਜਾਣਗੇ। ਹਾਂਜੀ ਪ੍ਰਧਾਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਦੱਸੋ ਅਤੇ ਅਹੁਦਾ ਦੱਸੋ ਅਤੇ ਜਥੇਬੰਦੀ ਦਾ ਨਾਮ ਦੱਸੋ ਜੀ। ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ, ਰਜਿਸਟਰ ਨੰਬਰ 31 ਦਾ ਮੈਂ ਸੂਬਾ ਪ੍ਰਧਾਨ ਹਾਂ। ਅੱਜ ਜਿਹੜਾ ਸਾਡਾ ਪ੍ਰੋਗਰਾਮ ਸੀ, ਲੰਮੇ ਸਮੇਂ ਤੋਂ 3-3 ਮਹੀਨਿਆਂ ਦੇ ਸਾਰੇ ਪੰਜਾਬ ਦੇ ਵਿੱਚ ਸਾਡੀਆਂ ਜਿਹੜੀਆਂ ਤਨਖਾਹਾਂ ਨਹੀਂ ਜਾਰੀ ਕੀਤੀਆਂ ਜਾ ਰਹੀਆਂ ਸੀ, ਅਤੇ ਇੱਕ ਸਾਡੀ ਜਿਹੜੀ HOD ਮੋਹਾਲੀ ਨੇ ਕਮੇਟੀ ਬਣਾਈ ਆ ਜਿਹਨੇ ਨਾਦਰਸ਼ਾਹੀ ਫਰਮਾਨ ਦਿੱਤਾ ਵੀ ਜਿਹੜੇ ਬੰਦੇ 3 ਸਾਲ ਤੋਂ 5 ਸਾਲ ਤੋਂ 10 ਸਾਲ ਤੋਂ ਤਜਰਬੇ ਦੇ ਆਧਾਰ 'ਤੇ ਜਿਹੜੀ ਭਗਵੰਤ ਮਾਨ ਸਰਕਾਰ ਕਹਿੰਦੀ ਅਸੀਂ ਪੱਕੇ ਕਰਾਂਗੇ, ਸਾਡੇ ਮਹਿਕਮੇ ਨੇ ਉਸ ਤੋਂ ਉਲਟ ਫੈਸਲਾ ਲਿਆ, ਸਾਡਾ ਤਜਰਬਾ ਖਤਮ ਕਰਕੇ ਸਾਡਾ ਐਕਸਪੀਰੀਅੰਸ ਖਤਮ ਕਰਕੇ ਸਾਨੂੰ ਫਿਰ ਸ਼ੁਰੂ ਤੋਂ ਸਟਾਰਟ ਕਰਨ ਲੱਗਿਆ ਜੀਰੋ ਤੋਂ, ਯਾਨੀ ਕਿ ਸਾਡਾ ਤਜਰਬਾ ਜਿਹੜਾ ਸਾਡਾ ਜਮ੍ਹਾਂ ਕੈਂਸਲ ਕਰਨ ਦੀ ਰਿਪੋਰਟ ਜਾਰੀ ਕੀਤੀ ਸੀ, ਇਹਦੇ ਵਿਰੋਧ ਵਿੱਚ ਅਸੀਂ ਧਰਨੇ ਲਾਏ ਸੀ। ਅੱਜ ਜਿਹੜੀ ਤਨਖਾਹ ਪਾਉਣ ਦਾ ਸਾਨੂੰ ਲਿਖਤੀ ਵਿਸ਼ਵਾਸ ਆ ਵੀ 5 ਤਰੀਕ ਤੱਕ ਜਿਹੜੀਆਂ ਤੁਹਾਡੀਆਂ ਤਨਖਾਹਾਂ ਵਾ ਤੁਹਾਡੇ ਖਾਤਿਆਂ ਦੇ ਵਿੱਚ ਹਰ ਹਾਲਤ 'ਚ ਪਾਈਆਂ ਜਾਣਗੀਆਂ। ਜੇਕਰ ਉਹ ਰਿਪੋਰਟ ਸਾਡੇ ਸੰਬੰਧਿਤ ਕਾਰਗੁਜ਼ਾਰੀਆਂ ਨੇ ਗਿਣੀਆਂ ਨਾਲ ਗੱਲ ਹੋਗੀ ਵੀ ਜੇਕਰ ਉਹ ਰਿਪੋਰਟ ਲਾਗੂ ਕਰਨ ਦੀ ਕੋਈ ਇਹੋ ਜਿਹੀ ਚਿੱਠੀ ਸਰਕਾਰ ਵੱਲੋਂ ਆਉਂਦੀ ਹੈ ਤਾਂ ਜਥੇਬੰਦੀਆਂ ਨਾਲ ਬਹਿ ਕੇ ਡਿਸਕਸ ਕੀਤੀ ਜਾਊਗੀ, ਅਤੇ ਸਾਡੀ ਸਰਕਾਰ ਨੂੰ ਚੇਤਾਵਨੀ ਆ ਵੀ ਇੱਕ ਤਾਂ ਜੇ ਸਾਡਾ ਐਕਸਪੀਰੀਅੰਸ ਖਤਮ ਕਰਨ ਦੀ ਚਿੱਠੀ ਰੱਦ ਨਾ ਕੀਤੀ, ਅਤੇ ਜੇ ਸਰਕਾਰ ਲਿਸਟਮੈਂਟ ਕੰਪਨੀਆਂ ਆਊਟਸੋਰਸਿੰਗ ਵਾਲੇ ਵਰਕਰਾਂ ਨੂੰ ਭਾਗ ਵਿੱਚ ਨਾ ਲਿਆ, ਅਤੇ ਇਹਦੇ ਸੰਬੰਧ 'ਚ ਅਸੀਂ 7 ਤਰੀਕ ਨੂੰ ਸਟੇਟ ਹਾਈਵੇ ਧੂਰੀ ਵਾਲਾ ਜਿਹੜਾ ਪਰਿਵਾਰਾਂ ਬੱਚਿਆਂ ਸਮੇਤ ਜਾਮ ਕਰਾਂਗੇ, ਜਿੰਨਾ ਚਿਰ ਮੁੱਖ ਮੰਤਰੀ ਸਾਡੇ ਨਾਲ ਮੀਟਿੰਗ ਕਰਕੇ ਮੰਗਾਂ ਮਸਲਿਆਂ ਦਾ ਹੱਲ ਨਹੀਂ ਕਰਦਾ। ਕਿਉਂਕਿ ਠੇਕਾ ਮਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਇਹ ਐਲਾਨ ਕੀਤਾ ਹੋਇਆ ਕਿ 7 ਤਰੀਕ ਨੂੰ ਧੂਰੀ ਸਟੇਟ ਹਾਈਵੇ ਜਾਮ ਆ, ਜਿਹੜੇ ਆਊਟਸੋਰਸਿੰਗ ਵਾਲੇ ਲਿਸਟਮੈਂਟ ਵਾਲੇ ਕੰਪਨੀਆਂ ਵਾਲੇ ਸੁਸਾਇਟੀਆਂ ਵਾਲੇ ਸਮੂਹ ਭਾਗਾਂ ਵਿੱਚ ਕੰਮ ਕਰਦੇ ਵਰਕਰ ਨੇ ਉਹਨਾਂ ਵੱਲੋਂ ਜਾਮ ਕੀਤਾ ਜਾਊਗਾ। ਪਹਿਲਾਂ ਵੀ ਆਪਾਂ ਜਾਮ ਕਰਨਾ ਸੀ ਅਤੇ ਉਹ ਡਿਸਮਿਸ ਕਾਹਤੋਂ ਕੀਤਾ ਗਿਆ ਜੀ? ਉਹ ਪਹਿਲਾਂ ਅਸੀਂ ਇਸ ਕਰਕੇ ਸਾਨੂੰ ਸਰਕਾਰ ਦੇ ਇੱਥੋਂ ਦੇ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਸੀ ਵੀ 30 ਤਰੀਕ ਤੱਕ ਤੁਹਾਡੀ ਹਰੇਕ ਮਹਿਕਮੇ ਕੋਲ ਡਾਟਾ ਮੰਗਾ ਲਾਂ ਵੀ ਕਿਹੜਾ ਕਿੰਨੇ ਸਾਲ ਤੋਂ ਕੰਮ ਕਰ ਰਿਹਾ, ਕਿਹੜਾ ਕਿੰਨਾ ਤਜਰਬਾ ਹੋ ਗਿਆ ਜਿਹਨੂੰ ਕੰਮ ਕਰਦਾ। ਉਸ ਚਿੱਠੀ ਨੂੰ ਇਹਨਾਂ ਨੇ ਲਾਗੂ ਕਰਨਾ ਸੀ, ਸਾਨੂੰ ਵਿਸ਼ਵਾਸ ਦਿੱਤਾ ਸੀ, ਪਰ ਉਹ ਚਿੱਠੀ ਵਿੱਤ ਮੰਤਰੀ ਨੇ ਲਾਗੂ ਨਹੀਂ ਕੀਤੀ। ਇਸ ਕਰਕੇ ਅਸੀਂ ਉਹ ਪ੍ਰੋਗਰਾਮ ਵਿਸ਼ਵਾਸ 'ਤੇ ਪੋਸਟਪੋਨ ਕੀਤਾ ਸੀ, ਰੱਦ ਨਹੀਂ ਕੀਤਾ ਸੀ। ਇਸ ਕਰਕੇ ਹੁਣ ਜਿਹੜਾ ਸਾਡਾ ਪ੍ਰੋਗਰਾਮ ਆ ਸਟੈਂਡ ਕਰਦਾ, 7 ਤਰੀਕ ਨੂੰ ਠੇਕਾ ਮਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਸਟੇਟ ਧੂਰੀ ਹਾਈਵੇ ਜਾਮ ਕਰਾਂਗੇ ਸਰਕਾਰ ਦੀ ਇਸ ਨੀਤੀ।